ਪੰਜਾਰਾ ਨੋਮੈਡ ਵੱਲੋਂ ਸਰੀ ਦੇ ਵਿੱਚ ਮਿਊਜ਼ੀਅਮ ਆਫ ਸਰੀ ਦੇ ਵਿੱਚ ਕਲੋਬਡੇਲ ਦੇ ਵਿੱਚ ਇੱਕ ਜਿਹੜੀ ਆ ਐਗਜ਼ੀਬਿਸ਼ਨ ਲਗਾਈ ਗਈ ਹੈ। ਬੱਚਿਆਂ ਨੂੰ ਖਾਸ ਮੌਕਾ ਦੇ ਰਹੇ ਨੇ ਕਿ ਪਰਿਵਾਰਾਂ ਸਮੇਤ ਜਿਹੜੇ ਉਹ ਲੈ ਕੇ ਜਾਣ ਪੰਜਾਬੀ ਬੱਚੇ, ਕਿਉਂਕਿ ਪੰਜਾਬ ਦੇ ਇਤਿਹਾਸ ਦੀ ਗੱਲ ਉੱਥੇ ਕੀਤੀ ਜਾ ਰਹੀ ਹੈ। ਸੋ ਜਿਹੜਾ ਲਾਹੌਰ ਟੂ ਲੰਡਨ ਉਸ ਐਗਜ਼ੀਬਿਸ਼ਨ ਦਾ ਨਾਮ ਉਹਨਾਂ ਨੇ ਰੱਖਿਆ ਗਿਆ। ਸੋ ਚੜ੍ਹਦੀ ਕਲਾ ਦਾ ਸੁਨੇਹਾ ਦੇ ਰਹੇ ਨੇ ਕਿ ਇਸ ਐਗਜ਼ੀਬਿਸ਼ਨ ਦੇ ਵਿੱਚ ਹੋਏਗਾ, ਕਦੋਂ, ਕਿੱਥੇ, ਕਿਵੇਂ ਤੁਸੀਂ ਇਹਦਾ ਹਿੱਸਾ ਬਣ ਸਕਦੇ ਹੋ, ਕਿਹੜੇ ਵੇਲੇ ਜਾ ਕੇ ਦੇਖ ਸਕਦੇ ਹੋ, ਇਸ ਰਿਪੋਰਟ 'ਚ ਦੇਖਦੇ ਹਾਂ। ਹਾਂਜੀ, ਇਹ ਬੰਜਾਰਾ ਨੋਮੈਡ ਵੱਲੋਂ ਅਸੀਂ ਐਗਜ਼ੀਬਿਸ਼ਨ ਕਲੋਬਡੇਲ 'ਚ ਲਾਈ ਹੋਈ ਆ। ਇਹਦਾ ਨਾਮ ਹੈਗਾ ਲਾਹੌਰ ਟੂ ਲੰਡਨ ਜਰਨੀ ਆਫ ਚੜ੍ਹਦੀ ਕਲਾ। ਔਰ ਜਦੋਂ ਤੁਸੀਂ ਇੱਥੇ ਆ ਕੇ ਦੇਖੋਗੇ 1849 ਤੋਂ ਲੈ ਕੇ ਤਕਰੀਬਨ 1929 ਦਾ ਜਿਹੜਾ ਵਿਚਲਾ ਆਪਣਾ ਇਤਿਹਾਸ ਆ, ਉਹਦੇ ਵਿੱਚ ਇੱਕ ਝਾਤ ਮਾਰੀ ਹੋਈ ਆਪਾਂ ਕਿਸ ਤਰ੍ਹਾਂ ਆਪਣਾ ਸਿੱਖ ਰਾਜ ਖੁੱਸਿਆ, ਉਹ ਤੋਂ ਬਾਅਦ ਦਲੀਪ ਸਿੰਘ ਹੁਣੀ ਕਿਸ ਤਰ੍ਹਾਂ ਇੰਗਲੈਂਡ ਲਿਜਾਏ ਗਏ, ਮਹਾਰਾਣੀ ਜਿਹੜੀ ਆਪਣੀ ਰਾਜਕੁਮਾਰੀ ਰੱਖ ਲਓ ਸੋਫੀਆ ਦਲੀਪ ਸਿੰਘ, ਉਹਨਾਂ ਨੇ ਕਿੱਦਾਂ ਸਫਰਜੈਟ ਮੂਵਮੈਂਟ ਲਈ ਉਹਨਾਂ ਨੇ ਕੰਮ ਕੀਤਾ, ਇਹ ਸਾਰੀਆਂ ਚੀਜ਼ਾਂ ਨੂੰ ਇੱਕ ਕਹਾਣੀ ਦੇ ਵਜੋਂ ਆਪਾਂ ਬੰਨਿਆ ਹੋਇਆ, ਇਸ ਕਰਕੇ ਉਹਦਾ ਨਾਮ ਰੱਖਿਆ ਹੋਇਆ ਇਹ ਜਰਨੀ ਆਫ ਚੜ੍ਹਦੀ ਕਲਾ। ਇਹਦੇ ਵਿੱਚ ਆਪਣੀ ਸੋਫੀਆ ਦਲੀਪ ਸਿੰਘ ਉਹਨਾਂ ਦੀ ਇੱਕ ਪਰਸਨਲ ਸਕ੍ਰੈਪ ਬੁੱਕ ਹੈ, ਉਹ ਤੁਹਾਨੂੰ ਦੇਖਣ ਨੂੰ ਮਿਲੂਗੀ, ਤੁਸੀਂ ਆ ਕੇ ਦੇਖਿਓ। ਇੱਕ ਆਪਣੇ ਕੋਲ ਐਲਬਮ ਹੈ ਜਿੱਥੇ ਦੇਖਣ ਨੂੰ ਮਿਲੇਗਾ ਕਿ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਕਿਵੇਂ ਕਲੋਕ ਟਾਵਰ ਬਣਾਇਆ ਹੋਇਆ ਸੀਗਾ, ਜਿਹੜਾ ਬਾਅਦ 'ਚੋਂ ਸਿੱਖਾਂ ਦੁਆਰਾ ਢਾਇਆ ਵੀ ਗਿਆ। ਉਹ ਇਸੇ ਤਰ੍ਹਾਂ ਵਾਰ ਮੈਡਲਸ ਨੇ ਫਸਟ ਵਰਲਡ ਵਾਰ ਦੇ, ਜਦੋਂ ਸਿੱਖ ਫੌਜੀ ਟਰਕੀ 'ਚ ਗਏ ਨੇ, ਚਾਹੇ ਨਾਸਰੀਆ ਗਏ ਨੇ, ਕੁੱਟ 'ਚ ਗਏ ਨੇ, ਉਹ ਬਸਰਾ ਗਏ ਨੇ, ਉਹਨਾਂ ਦੇ ਮੈਪ ਨੇ, ਜਿਹੜੇ ਆਪਣੀਆਂ ਸਿੱਖ ਰਿਆਸਤਾਂ ਹੁੰਦੀਆਂ ਸੀਗੀਆਂ ਉਹਨਾਂ ਦੀ ਐਲਬਮ ਆ ਉੱਥੇ, ਉਹ ਪਈ ਹੋਈ ਆ। ਔਰ ਕੁਛ ਸਿੱਕੇ ਪਏ ਹੋਏ ਨੇ, ਆਪਣੇ ਪੰਜਾਬ ਦੇ ਪੁਰਾਤਨ ਨਕਸ਼ੇ ਪਏ ਹੋਏ ਨੇ, ਇੱਕ ਪੁਰਾਣੀ ਰਬਾਬ ਪਈ ਹੋਈ ਹੈ ਜੀ। ਜੀ, ਇਹ ਐਗਜ਼ੀਬਿਸ਼ਨ ਸਰੀ ਮਿਊਜ਼ੀਅਮ 'ਚ ਲੱਗੀ ਹੋਈ ਜਿਹੜਾ ਕਲੋਬਡੇਲ ਦੇ ਵਿੱਚ ਆ, 176 'ਤੇ ਤਕਰੀਬਨ ਹਾਈਵੇ 10 ਤੋਂ ਬਹੁਤ ਨਜ਼ਦੀਕ ਆ, ਦੋ ਬਲੋਕ। ਇਹਦਾ ਐਡਰੈਸ ਹੈਗਾ ਜੀ 17710 56A Avenue। ਇਹ ਇਕੱਲੇ ਖੁੱਲ੍ਹੀ ਹੈ ਫਰਵਰੀ 6 ਨੂੰ ਅਤੇ ਮਈ 19 ਤੱਕ ਚੱਲਣੀ ਹੈ। ਸੋਮਵਾਰ ਨੂੰ ਇਹ ਬੰਦ ਹੁੰਦੀ ਹੈ, ਬਾਕੀ ਦਿਨ ਤਕਰੀਬਨ 9:30 ਤੋਂ 5 ਵਜੇ ਤੱਕ ਖੁੱਲ੍ਹਦੀ ਹੈ, ਐਤਵਾਰ ਨੂੰ 12 ਤੋਂ 5 ਹੈ। ਪਰ ਫਿਰ ਵੀ ਇੱਕ ਦਫ਼ਾ ਤੁਸੀਂ ਸਮਾਂ ਚੈੱਕ ਕਰ ਲਿਓ ਔਰ ਕੋਸ਼ਿਸ਼ ਕਰਿਓ ਘੱਟੋ ਘੱਟ 1.5-2 ਘੰਟਾ ਤੁਹਾਡੇ ਕੋਲ ਹੋਵੇ, ਔਰ ਆਪਣੇ ਸਮੂਹ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਅਤੇ ਉਹਨਾਂ ਨੂੰ ਇਹ ਜਾਣਕਾਰੀ ਦਿਵੋ ਕਿ ਚੜ੍ਹਦੀ ਕਲਾ ਦਾ ਕੌਨਸੈਪਟ ਕੀ ਹੈ। ਸੋ ਮਿਊਜ਼ੀਅਮ ਆਫ ਸਰੀ ਦੀ ਵੈਬਸਾਈਟ 'ਤੇ ਜਾ ਕੇ ਕਲੋਬਡੇਲ ਦੇ ਤੁਸੀਂ ਜਾ ਕੇ ਇਹ ਬਾਰੇ ਡਿਟੇਲ ਜਾਣਕਾਰੀ, ਸਮਾਂ, ਟਾਈਮਿੰਗ ਬਾਰੇ ਲੈ ਸਕਦੇ ਹੋ।